ਨਮਸਕਾਰ ਦੋਸਤੋ, ਮੈਂ ਚੇਤਨ ਕਸ਼ਯਪ ਅਤੇ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼। ਗੱਲ ਕਰਾਂਗੇ ਬੱਸ ਅੱਡਾ ਹੁਸ਼ਿਆਰਪੁਰ ਦੀ, ਜਿਸਦੀ ਕਿ ਹੁਣ ਖੁਦ ਦੀ ਬੱਸ ਹੋ ਗਈ ਜਾਪਦੀ ਹੈ। ਹੁਸ਼ਿਆਰਪੁਰ ਬੱਸ ਅੱਡੇ ਨੂੰ ਦਰਜਾ ਤਾਂ ਅੰਤਰਰਾਜੀ ਬੱਸ ਅੱਡੇ ਦਾ ਦਿੱਤਾ ਗਿਆ, ਪਰ ਇਸ ਬੱਸ ਅੱਡੇ ਦੇ ਹਾਲਾਤ ਦੇਖਣ ਤੋਂ ਬਾਅਦ ਇਸ ਦੀ ਹਾਲਤ ਅੰਤਰਰਾਜੀ ਘੱਟ ਅਤੇ ਕਿਸੇ ਛੋਟੇ ਕਸਬੇ ਦੇ ਬੱਸ ਅੱਡੇ ਵਰਗੀ ਵਧੇਰੇ ਜਾਪਦੀ ਹੈ। ਹੁਸ਼ਿਆਰਪੁਰ ਨਿਊਜ਼ ਦੀ ਟੀਮ ਵੱਲੋਂ ਜਦੋਂ ਅੱਜ ਬੱਸ ਅੱਡੇ ਦਾ ਦੌਰਾ ਕੀਤਾ ਗਿਆ ਤਾਂ ਜਿੱਥੇ ਉਕਤ ਅੱਡੇ ਦੀ ਤਰਸਯੋਗ ਹਾਲਤ ਚਿੰਤਤ ਅਤੇ ਹੈਰਾਨ ਕਰ ਦੇਣ ਵਾਲੀ ਦਿਖਾਈ ਦਿੱਤੀ, ਉੱਥੇ ਹੀ ਇਹ ਹਾਲਾਤ ਪ੍ਰਸ਼ਾਸਨ 'ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲਗਾ ਰਹੇ ਨੇ। ਬੱਸ ਅੱਡੇ ਅੰਦਰ ਨਾ ਤਾਂ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨੇ ਅਤੇ ਨਾ ਹੀ ਸਫਾਈ ਦਾ ਕੋਈ ਖਾਸ ਧਿਆਨ ਰੱਖਿਆ ਜਾ ਰਿਹਾ। ਇਸ ਤੋਂ ਇਲਾਵਾ ਬੱਸ ਅੱਡੇ ਅੰਦਰ ਨਿੱਜੀ ਵਾਹਨ ਬੇਰੋਕ ਟੋਕ ਆਉਂਦੇ ਜਾਂਦੇ ਦਿਖਾਈ ਦਿੰਦੇ ਨੇ। ਉਕਤ ਸਾਰੀਆਂ ਸਮੱਸਿਆਵਾਂ ਸੰਬੰਧੀ ਜਦੋਂ ਸਟੇਸ਼ਨ ਸੁਪਰਵਾਈਜ਼ਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਵੱਲੋਂ ਇਹਨਾਂ ਸਾਰੀਆਂ ਸਮੱਸਿਆਵਾਂ ਸੰਬੰਧੀ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਸਟੇਸ਼ਨ ਸੁਪਰਵਾਈਜ਼ਰ ਵੱਲੋਂ ਕੁਝ ਸਮੱਸਿਆਵਾਂ ਤੋਂ ਅਣਜਾਣ ਹੋਣ ਦੀ ਗੱਲ ਵੀ ਆਖੀ ਗਈ। ਸਾਡੇ ਨਾਲ ਅੱਡਾ ਇੰਚਾਰਜ ਸਰਦਾਰ ਹਰਜੀਤ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਦੇਖਣ ਵਿੱਚ ਆਇਆ ਕਈ ਵਾਰੀ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਆਉਣ ਤੋਂ ਬਾਵਜੂਦ ਵੀ, ਮੀਡੀਆ ਵੱਲੋਂ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਵੀ, ਦੋਨਾਂ ਹੀ ਗੇਟਾਂ 'ਤੇ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹੁੰਦੇ? ਇਹ ਸੁਰੱਖਿਆ ਕਰਮਚਾਰੀ ਜਿਹੜਾ ਹੈਗਾ ਜੀ ਇੱਥੇ ਮੌਜੂਦ ਹੈ, ਗੇਟ 'ਤੇ ਮੌਜੂਦ ਨੇ ਜੀ ਇਸ ਵਕਤ, ਗੇਟ ਦੇ ਉੱਤੇ ਮੌਜੂਦ ਹੈ। ਪਰ ਸਾਡੀ ਟੀਮ ਵੱਲੋਂ ਕੈਮਰੇ ਵਿੱਚ ਵੀ ਰਿਕਾਰਡ ਕੀਤਾ ਗਿਆ ਵੀ ਕੋਈ ਵੀ ਸੁਰੱਖਿਆ ਕਰਮਚਾਰੀ ਜਿਹੜਾ ਬਾਹਰ ਦੇਖਣ ਵਿੱਚ ਨਹੀਂ ਮਿਲਦਾ। ਕਿਉਂ, ਮੈਂ ਹਜੇ ਹੁਣ ਆਪਣਾ ਸਾਰਾ ਇੱਥੋਂ ਕੰਮ ਨਿਬੇੜ ਕੇ ਹਟਿਆ। ਸਰਦਾਰ ਜੀ ਦਾ ਉਹਦਾ ਕੀ ਨਾਂ ਨੇ ਆਪਣੇ ਸਰਦਾਰ, ਆਪਣੇ ਜਿਹੜਾ ਪਰਲੇ ਗੇਟ 'ਤੇ ਹੈਗਾ? ਗੇਟ 'ਤੇ ਹੈਗੇ ਆ, ਇੱਕ ਗੇਟ 'ਤੇ ਸੁਰੱਖਿਆ ਕਰਮਚਾਰੀ ਹੁੰਦੇ ਨੇ, ਕਈ ਸਾਰੇ ਰਾਸਤੇ ਬੱਸ ਅੱਡੇ ਦੇ ਅੰਦਰ ਆਉਂਦੇ ਨੇ, ਕਈ ਸਾਰੇ ਰਾਸਤੇ ਦੇਖੋ ਹੁੰਦੇ ਆ। ਇਸ ਵੇਲੇ ਹੁੰਦੇ ਆ ਦੋ, ਉਹ ਘੁੰਮਦੇ ਰਹਿੰਦੇ ਆ ਰਹੇ, ਰਾਊਂਡ ਵੀ ਕਰਦੇ ਨੇ। ਇੱਥੇ ਇੱਕ ਥੋੜ੍ਹੀ ਜਿਹੀ ਸਮੱਸਿਆ ਸਾਨੂੰ ਆ ਰਹੀ ਹੈ ਕਿ ਇੱਕ ਆ ਜਿਹੜੇ ਮੰਗਤੇ ਆ ਨਾ, ਇਹਨਾਂ ਨੇ ਬਹੁਤ ਦੁਖੀ ਕੀਤਾ ਸਾਨੂੰ। ਇੱਕ ਨਿੱਜੀ ਵਾਹਨ ਜਿਹੜੇ ਬੱਸ ਅੱਡੇ ਦੀ ਹੱਦ ਦੇ ਅੰਦਰ ਤੱਕ, ਇੱਥੋਂ ਤੱਕ ਉੱਚੀ ਜਗ੍ਹਾ ਜਿਹੜੀ ਤੁਹਾਡੇ ਕਮਰੇ ਦੇ ਬਿਲਕੁਲ ਨਾਲ ਵੀ, ਕਈ ਨਿੱਜੀ ਮੋਟਰਸਾਈਕਲ, ਕਈ ਗੱਡੀਆਂ ਅੰਦਰ ਆਉਂਦੀਆਂ ਜਾਂਦੀਆਂ ਨੇ ਬੇਰੋਕ ਬੇਟੋਕ, ਕੀ ਇਹ ਕੋਈ ਇਜਾਜ਼ਤ ਹੈ? ਖੁੱਲ੍ਹੇ, ਅਤੇ ਜੇ ਖੁੱਲ੍ਹ ਵੀ ਹੈ ਤਾਂ ਕੋਈ ਵਾਰਦਾਤ ਹੋ ਜਾਂਦੀ, ਉਹਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ? ਕਿਉਂਕਿ ਜ਼ਿਲ੍ਹੇ ਦਾ ਮੁੱਖ ਬੱਸ ਅੱਡਾ ਹੈ, ਕੋਈ ਇਜਾਜ਼ਤ ਨਹੀਂ ਹੈ ਕਿਸੇ ਨੂੰ ਵੀ ਇੱਥੇ ਅੰਦਰ ਆਉਣ ਦੀ। ਹਾਂ, ਜੇ ਕੋਈ ਸਟਾਫ ਦਾ ਬੰਦਾ ਖੜਾ ਕਰਦਾ, ਉਹਨਾਂ ਨੂੰ ਵੀ ਇਹ ਕਿਹਾ ਗਿਆ ਵੀ ਕੋਈ ਵੀ ਮਤਲਬ ਜਿਹੜੀ ਚੀਜ਼ ਆ ਬਾਹਰ ਜਿਹੜੀ ਅੰਦਰ ਨਹੀਂ ਆਉਣ ਜਾਣੀ, ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ, ਪਰ ਮੈਨੂੰ ਮਹੀਨਾ ਇੱਕ ਹੋਇਆ ਇੱਥੇ ਆਇਆ ਨੂੰ, ਇੱਥੇ ਲੋਕ ਮੋਟਰਸਾਈਕਲ ਸਕੂਟਰ ਖੜੇ ਕਰਦੇ ਸੀ। ਆਹ ਹੁਣ ਮੈਂ ਦੇਖੋ ਆ ਪਿਛਲੇ ਪਾਸੇ ਮੈਂ ਉਹ ਲੱਕੜਾਂ ਉੱਥੇ ਸਟਾਈਆਂ, ਇਸ ਕਰਕੇ ਕਿ ਵੀ ਤਾਂ ਜੋ ਕੁਝ ਦਿਨ ਪਹਿਲਾਂ ਵੀ ਅਸੀਂ ਦੇਖਿਆ ਸੀ, ਅੱਜ ਵੀ ਦੇਖਿਆ, ਬਾਹਰ ਨਿੱਜੀ ਵਾਹਨ ਜਗ੍ਹਾ ਜਗ੍ਹਾ 'ਤੇ ਲੋਕ ਆ ਵੀ ਰਹੇ ਨੇ, ਜਾ ਵੀ ਰਹੇ ਨੇ, ਬੱਸਾਂ ਵਿੱਚ ਸਮਾਨ ਚੜਾ ਰਹੇ ਨੇ, ਸਮਾਨ ਲੈ ਕੇ ਜਾ ਰਹੇ ਨੇ, ਰਿਕਸ਼ੇ ਖੜੇ ਨੇ, ਮੋਟਰਸਾਈਕਲਾਂ ਦੀ ਬੜੀ ਵੱਡੀ ਕਤਾਰ ਹੈ। ਕੀ ਕਹਿਣਾ ਚਾਹੂੰਗਾ? ਦੇਖੋ, ਮੈਂ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਨਾ, ਮੋਟਰਸਾਈਕਲ ਇੱਥੇ ਖੜਾ ਕਰਕੇ ਉਹ ਸਵਾਰੀ ਨੂੰ ਚੜਾਉਂਦਾ, ਚੜਾ ਕੇ ਵਾਪਸ ਚਲੇ ਜਾਂਦਾ। ਨਹੀਂ, ਜਿੱਥੇ ਬੱਸ ਅੱਡੇ ਦੇ ਅੰਦਰ ਜਿੱਥੇ ਬੱਸਾਂ ਲੱਗਦੀਆਂ ਨੇ, ਦੇਖੋ ਇਹ ਮੋਟਰਸਾਈਕਲ ਬਿਲਕੁਲ ਤੁਹਾਡੇ ਕਮਰੇ ਦੇ ਸਾਹਮਣੇ ਹੁਣੇ ਗੁਜ਼ਰ ਕੇ ਗਿਆ ਬਿਲਕੁਲ। ਇਹ ਕੀ ਕਹਿਣਾ ਚਾਹੋਗੇ, ਇਹ ਕੌਣ ਲੋਕ ਨੇ, ਕੀ ਇਹਨਾਂ ਦੀ ਆਈਡੈਂਟੀ ਹੈ, ਕੀ ਪਹਿਚਾਣ ਹੈ, ਕਿ ਉਹਨਾਂ ਨੂੰ ਸਪੈਸ਼ਲ ਕੋਈ ਪਾਸ ਦਿੱਤੇ ਗਏ ਨੇ, ਕੋਈ ਸਪੈਸ਼ਲ ਪਛਾਣ ਪੱਤਰ ਦਿੱਤਾ ਗਿਆ ਹੈ? ਅਤੇ
ਜੇ ਨਹੀਂ ਪਛਾਣ ਤੁਹਾਡੇ ਕਹਿਣ ਮੁਤਾਬਕ ਇਹ ਕੁਛ ਸਟਾਫ ਦੇ ਲੋਕ ਨੇ ਜਾਂ ਕੁਛ ਬੱਸਾਂ 'ਚ ਆਪਣੇ ਚਹੇਤਿਆਂ ਨੂੰ ਸਕੇ ਸੰਬੰਧੀਆਂ ਨੂੰ ਚੜਾਉਣ ਆਉਂਦੇ ਨੇ ਤਾਂ ਚਲੇ ਜਾਂਦੇ ਨੇ ਚੰਦ ਮਿੰਟ, ਪਰ ਇਸ ਗੱਲ ਦੀ ਗਰੰਟੀ ਕੀ ਹੈ ਕਿ ਇਹ ਉਹੀ ਲੋਕ ਨੇ? ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਲੋਕ ਜਿਹੜੇ ਚੜਾਉਣ ਆਉਂਦੇ ਨੇ ਅਤੇ ਚੜਾ ਕੇ ਚਲੇ ਜਾਂਦੇ ਨੇ? ਇਹਨਾਂ ਦੇ ਵਿੱਚ ਕੋਈ ਜੁਰਾਇਮ ਪੇਸ਼ਾ ਬੰਦਾ ਨਹੀਂ ਹੈ, ਕੋਈ ਉਸ ਤਰ੍ਹਾਂ ਦਾ ਮਾੜਾ ਅਨਸਰ ਨਹੀਂ ਹੈ, ਇਸ ਦੀ ਕੀ ਗਰੰਟੀ ਹੈ ਤੁਹਾਨੂੰ? ਕਿਸ ਤਰ੍ਹਾਂ ਪਤਾ ਲੱਗਦਾ, ਕਿਸ ਤਰ੍ਹਾਂ ਪਛਾਣ ਕਰਦੇ ਹੋ ਤੁਸੀਂ ਇੱਕ ਆਮ ਬੰਦੇ ਵਿੱਚ ਅਤੇ ਇੱਕ ਜੁਰਾਇਮ ਪੇਸ਼ਾ ਬੰਦੇ 'ਚ ਕਿਸ ਤਰ੍ਹਾਂ ਪਛਾਣ ਕਰਦੇ? ਦੀ ਤਾਂ ਕੋਈ ਗਰੰਟੀ ਨਹੀਂ ਹੈ ਕਿ ਕੌਣ ਜੁਰਾਇਮ ਪੇਸ਼ਾ ਹੈ, ਕੌਣ ਸਹੀ ਹੈ। ਉਹ ਤਕਰੀਬਨ ਇਹ ਹੈ ਕਿ ਫਿਰ ਜੇ ਕੋਈ ਹਾਦਸਾ ਹੋ ਜਾਂਦਾ, ਕੋਈ ਇੱਥੇ ਕੋਈ ਗੱਲਬਾਤ ਹੋ ਜਾਂਦੀ, ਲੜਾਈ ਝਗੜਾ ਹੋ ਜਾਂਦਾ, ਬੀਤੇ ਸਮੇਂ 'ਚ ਕਈ ਵਾਰਦਾਤਾਂ ਅਜਿਹੀਆਂ ਹੋਈਆਂ ਵੀ ਆ ਬੱਸ ਅੱਡੇ ਦੀ ਹੱਦ ਦੇ ਅੰਦਰ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਬਹੁਤ ਮਤਲਬ ਕਿਉਂਕਿ ਇਹ ਹੁਸ਼ਿਆਰਪੁਰ ਵਾਸੀਆਂ ਦੀ ਨਹੀਂ, ਪੂਰੇ ਜ਼ਿਲ੍ਹੇ ਦੀ ਨਹੀਂ, ਪੂਰੇ ਪੰਜਾਬ ਭਰ ਦੀ ਸੁਰੱਖਿਆ ਦੇ ਲਈ ਸਰ ਜ਼ਰੂਰੀ ਹੈ, ਕਿਉਂਕਿ ਨਾਲ ਹਿਮਾਚਲ ਸੂਬਾ ਲੱਗਦਾ ਔਰ ਹਿਮਾਚਲ ਸੂਬਾ ਅੱਗੇ ਤੁਸੀਂ ਜਾਣਦੇ ਕਿ ਹੋਰ ਸੂਬਿਆਂ ਦੇ ਨਾਲ ਲੱਗਦਾ। ਕੋਈ ਵੀ ਕਿਸੇ ਵੀ ਪ੍ਰਕਾਰ ਦਾ ਬੰਦਾ ਇੱਥੋਂ ਰਾਤ ਨੂੰ ਆ ਜਾ ਸਕਦਾ, ਕੁਛ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਕਿਉਂਕਿ ਇਹ ਜਿਹੜਾ ਹੈਗਾ ਆ ਮੋਟਰਸਾਈਕਲ ਸਕੂਟਰਾਂ ਦਾ ਜਿਹੜਾ ਕੰਮ ਹੈਗਾ, ਇਹ ਮੈਂ ਜਿਹੜਾ ਹੈਗਾ ਇਹਦੇ ਨਾਲ ਤੁਹਾਡੇ ਨਾਲ ਬਿਲਕੁਲ ਮੈਂ ਮਤਲਬ ਮਾਫੀ ਹਾਂ ਵੀ ਇਹ ਜਿਹੜੇ ਸਾਡੇ ਮਤਲਬ ਜਿੱਦਾਂ ਕੋਈ ਸਟਾਫ ਦਾ ਦੁਬਾਰਾ ਫਿਰ ਮੋਟਰਸਾਈਕਲ ਤੁਹਾਡੇ ਸਾਹਮਣੇ ਗੁਜ਼ਰ ਰਹੇ, ਤੁਹਾਡੇ ਕਮਰੇ ਦੇ ਬਿਲਕੁਲ ਗੇਟ ਤੋਂ ਮੋਟਰਸਾਈਕਲ ਗੁਜ਼ਰ ਰਹੇ ਨੇ, ਜਿਹੜੀ ਕਿ ਬੱਸ ਖੜੀ ਹੋਣ ਵਾਲੀ ਜਿਹੜੀ ਜਗ੍ਹਾ ਤੁਸੀਂ ਦੇਖ ਸਕਦੇ ਹੋ, ਘੱਟੋ ਘੱਟ 50 ਫੁੱਟ ਪਰੇ ਹੈ ਇਹ ਅੰਦਰ ਫਰਸ਼ ਜਿਹੜਾ ਤੁਹਾਡੇ ਅੱਡੇ ਦੇ ਬਿਲਕੁਲ ਸਾਹਮਣੇ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ। ਇਹ ਆ ਜਿਹੜਾ ਹੁਣ ਵੀ ਆਇਆ, ਮੈਨੂੰ ਬੰਦੇ ਨੂੰ ਇਸੇ ਕਰਕੇ ਭੇਜਿਆ, ਇਹ ਜਿਹੜਾ ਦੁਕਾਨਦਾਰ ਹੈ ਨਾ, ਇਹ ਮੇਰੇ ਖਿਆਲ ਅੰਦਰ ਲੈ ਕੇ ਆਇਆ ਤਾਂ ਇਹ ਵਾਪਸ ਚਲੇ ਗਿਆ ਹੈਗਾ, ਪਰ ਇਹ ਕੰਮ ਜਿਹੜਾ ਹੈਗਾ ਇਹ ਗਲਤ, ਇਹਨੂੰ ਬਹੁਤ ਵਾਰੀ ਮੈਂ ਕਹਿ ਚੁੱਕਾ ਜੀ। ਔਰ ਇੱਕ ਗੱਲ ਹੋਰ ਜਾਣਨੀ ਚਾਹਾਂਗੇ ਕਿ ਰਾਤ ਨੂੰ ਇੱਥੇ ਕੋਈ 8-10 ਬੰਦਿਆਂ ਦਾ ਇੱਕ ਟੋਲਾ ਘੁੰਮਦਾ, ਇੱਕ ਨੌਜਵਾਨ ਘੁੰਮਦੇ ਨੇ ਜਿਹੜੇ ਆਪਣੇ ਆਪ ਨੂੰ ਸੁਰੱਖਿਆ ਕਰਮਚਾਰੀ ਦੱਸਦੇ ਨੇ ਜਾਂ ਔਨ ਡਿਊਟੀ ਦੱਸਦੇ ਨੇ ਜਾਂ ਉਹ ਦੱਸਦੇ ਨੇ ਕਿ ਅਸੀਂ ਚੈਕਿੰਗ 'ਤੇ ਹਾਂ, ਪਰ ਉਹਨਾਂ ਦੇ ਨਾਂ ਤਾਂ ਕੋਈ ਵਰਦੀ ਹੁੰਦੀ ਹੈ ਨਾ ਹੀ ਕੋਈ ਉਹਨਾਂ ਦੇ ਨੇਮ ਪਲੇਟ ਲੱਗੀ ਹੁੰਦੀ ਹੈ, ਕੌਣ ਲੋਕ ਨੇ, ਕੀ ਗਰੰਟੀ, ਲੋਕਾਂ ਨੂੰ ਕਿੱਦਾਂ ਪਤਾ ਲੱਗੇ, ਲੋਕਾਂ ਨਾਲ ਪੁੱਛਗਿੱਛ ਕਰਦੇ ਵੀ ਦੇਖੇ ਗਏ ਨੇ ਸੁਰੱਖਿਆ ਨੂੰ ਲੈ ਕੇ? ਹੋ ਸਕਦਾ ਨੇ ਸੁਰੱਖਿਆ ਕਰਮਚਾਰੀ ਵੀ ਹੋਣ, ਪਰ ਗਰੰਟੀ ਕਿ ਉਹਨਾਂ ਦੀ ਕੋਈ ਵਰਦੀ ਨਹੀਂ, ਕੋਈ ਨੇਮ ਪਲੇਟ ਨਹੀਂ? ਦੇਖੋ ਇੱਕ ਗੱਲ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਸਾਡੇ ਇੱਥੇ ਵਰਦੀਆਂ ਇਸ਼ੂ ਕੀਤੀਆਂ ਹੀ ਨਹੀਂ ਹੈਗੀਆਂ। ਆਮ ਲੋਕਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਕੌਣ ਉਹਨਾਂ ਦੀ ਮਦਦ ਕਰਨ ਵਾਲਾ ਹੈ ਔਰ ਇਹ ਸੁਰੱਖਿਆ ਕਰਮਚਾਰੀ ਹੈਗਾ ਜਾਂ ਨਹੀਂ ਹੈਗਾ? ਕਿਉਂਕਿ 8-10 ਬੰਦਿਆਂ ਦਾ ਜਿਹੜਾ ਗਰੁੱਪ ਰਾਤ ਨੂੰ ਬੱਸ ਅੱਡੇ ਅੰਦਰ ਘੁੰਮਦਾ ਆਰਾਮ ਦੇਖਿਆ ਜਾ ਸਕਦਾ। ਉਹ ਸਿਰਫ ਉਹ ਸੁਰੱਖਿਆ ਕਰਮਚਾਰੀ ਆ ਜਿਹੜੇ ਮਤਲਬ ਰਾਤ ਵਾਲੇ ਦੋਲੇ ਕਿੰਨੇ ਕਰਮਚਾਰੀ? ਚਾਰ ਬੰਦੇ ਹੁੰਦੇ ਸਾਡੇ ਵੱਲੋਂ ਜਦੋਂ ਲਾਈਵ ਚਲਾਇਆ ਗਿਆ, ਕੁਝ ਸਾਡੇ ਵੱਲੋਂ ਜਦੋਂ ਸਰ ਲਾਈਵ ਚਲਾਇਆ ਗਿਆ ਤਾਂ ਕੋਈ 8-10 ਬੰਦੇ ਸੀ ਜਿਹੜੇ ਆਪਣੇ ਆਪ ਨੂੰ ਔਨ ਡਿਊਟੀ ਦੱਸ ਰਹੇ ਸੀ। ਨਹੀਂ ਔਨ ਡਿਊਟੀ ਇੱਦਾਂ ਨਾ ਚੱਲੇ, ਆਪਣੇ ਸਾਡੇ ਅੱਡਾ ਇੰਚਾਰਜ ਨੇ ਇੱਥੇ, ਸਬ ਇੰਸਪੈਕਟਰ ਨੇ ਜੋ ਵੀ ਆ ਜੋ ਸਾਰੇ ਡਿਊਟੀ ਕਰਦੇ ਨੇ ਉਹ ਵੀ ਇੱਥੇ ਰਹੇ ਤਕਰੀਬਨ ਰਾਤ ਰਾਤ ਨੂੰ। ਔਨ ਡਿਊਟੀ ਸਰ ਕਿੰਨੇ ਹੁੰਦੇ ਨੇ ਬੱਸ ਅੱਡੇ ਅੰਦਰ? ਤਾਂ ਸੈਂਕੜੇ ਲੋਕ ਹੋ ਸਕਦੇ, ਹਜ਼ਾਰਾਂ ਲੋਕ ਹੋ ਸਕਦੇ ਆ। ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਲਿਹਾਜ਼ ਨਾਲ ਕਿੰਨੇ ਮੁਲਾਜ਼ਮ ਤਾਇਨਾਤ ਹੁੰਦੇ? ਮੈਂ ਬਿਲਕੁਲ ਤੁਹਾਡੀ ਜਿਹੜੀ ਗੱਲ ਮੰਨਦਾ, 4 ਆਦਮੀ ਤਾਇਨਾਤ ਹੁੰਦੇ ਨੇ, ਬਾਕੀ ਦੇ ਜਿਹੜੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਨਾਲ ਘੁੰਮਦੇ ਨੇ ਉਹ ਕੌਣ ਨੇ? ਜੋ ਸਾਡੇ ਅੱਡਾ ਇੰਚਾਰਜ ਨੇ ਇੱਥੇ 12-12 ਡਿਊਟੀ ਕਰਦੇ ਨੇ, ਉਹ ਵੀ ਰਾਤ ਮਤਲਬ ਤਕਰੀਬਨ ਇੱਥੇ ਹੀ ਹੋ ਰਹਿੰਦੇ ਨੇ, ਅਤੇ ਉਹ ਵੀ ਉਹਨਾਂ ਦੇ ਨਾਲ ਹੋ ਸਕਦਾ ਰਾਊਂਡ ਕਰਦੇ ਹੋਣ, ਉਹ ਕੋਈ ਬਾਹਰਲਾ ਹੋਰ ਨਹੀਂ, ਉਹ ਮੈਨੂੰ ਉਹਨਾਂ ਬਾਰੇ ਸਾਨੂੰ ਇਹ ਪਤਾ ਜਿਸ ਦੀ ਪਰ ਬਾਹਰ ਤੁਹਾਨੂੰ ਇਸ ਗੱਲ ਦਾ ਸਰ ਬਿਲਕੁਲ ਤੁਹਾਨੂੰ ਪਤਾ ਹੈ, ਹੋ ਸਕਦਾ ਹੈ ਤੁਹਾਡੇ ਸਟਾਫ ਦੇ ਮੈਂਬਰ ਹੁਣ, ਚੰਗੀ ਗੱਲ ਹੈ ਕਿ ਬਗੈਰ ਡਿਊਟੀ ਤੋਂ ਵੀ ਉਹ ਸੁਰੱਖਿਆ ਦੇ ਲਿਹਾਜ਼ ਨਾਲ ਕੰਮ ਕਰਦੇ ਹੋਣ, ਅਸੀਂ ਸ਼ਲਾਘਾ ਕਰਦੇ ਇਸ ਕੰਮ ਦੀ, ਪਰ ਆਮ ਵਰਗ ਨੂੰ, ਆਮ ਸਵਾਰੀਆਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਸੁਰੱਖਿਆ ਕਰਮਚਾਰੀ ਨੇ? ਉਹ ਪੁੱਛਗਿੱਛ ਕਰਦੇ ਨੇ, ਉਹਨਾਂ ਦੇ ਵਰਦੀ ਵੀ ਨਹੀਂ, ਉਹਨਾਂ ਦੀ ਕੋਈ ਨੇਮ ਪਲੇਟ ਨਹੀਂ, ਉਹ ਸੁਰੱਖਿਆ ਕਰਮੀ ਦੇ ਨਾਮ ਹੇਠ ਕੋਈ ਜੁਰਾਇਮ ਪੇਸ਼ਾ, ਕੋਈ ਅਪਰਾਧੀ ਵੀ ਕਿਸੇ ਨਾਲ ਕੋਈ ਵਾਰਦਾਤ ਵੀ ਕਰ ਸਕਦਾ ਹੈ? ਮੈਂ ਹਾਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ, ਜਿਹੜੀ ਤੁਸੀਂ ਕਹਿ ਰਹੇ ਵੀ ਕੋਈ ਉਹਨਾਂ ਦੀ ਨੇਮ ਪਲੇਟ ਨਹੀਂ ਕੁਛ ਨਹੀਂਗਾ, ਔਰ ਮੈਂ ਕੱਲ੍ਹ ਸੋਮਵਾਰ ਜੀ ਐਮ ਸਾਹਿਬ ਨੂੰ ਮਿਲਾਂਗਾ, ਮਿਲ ਕੇ ਮਤਲਬ ਸਾਰੀ ਉਹਨਾਂ ਨੂੰ ਸਿਚੁਏਸ਼ਨ ਦੱਸਾਂਗਾ ਵੀ ਇਹਨਾਂ ਦੇ ਜਿਹੜੇ ਹੈਗੇ ਆ ਨੇਮ ਪਲੇਟ ਲਾਈਆਂ ਜਾਣ ਔਰ ਇਹਨਾਂ ਨੂੰ ਜਿਹੜੀਆਂ ਵਰਦੀਆਂ ਜਿਹੜੀਆਂ ਇਸ਼ੂ ਕੀਤੀਆਂ ਜਾਣ। ਉਸ ਵਕਤ ਜਿਹੜੇ ਨੌਜਵਾਨ ਘੁੰਮ ਰਹੇ ਸੀ ਉਹਨਾਂ ਨੇ ਸਾਡੇ ਜਦੋਂ ਲਾਈਵ ਚੱਲ ਰਿਹਾ ਸੀ ਜਾਂ ਅਸੀਂ ਹੋਰ ਵੀ ਖਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਵੱਲੋਂ ਭੱਦੀ ਸ਼ਬਦਾਵਲੀ ਵੀ ਵਰਤਣ ਦੀ ਕੋਸ਼ਿਸ਼ ਕੀਤੀ ਗਈ ਆ, ਡਰੋਨ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਸਾਡੇ ਜਿਹੜੇ ਸਟਾਫ ਮੈਂਬਰ ਸਾਹਿਬਾਨ ਨੂੰ, ਤਾਂ ਸਾਨੂੰ ਨਹੀਂ ਲੱਗਦਾ ਕਿ ਉਹ ਸੁਰੱਖਿਆ ਕਰਮਚਾਰੀ ਹੋਣਗੇ। ਨਹੀਂ ਦੇਖੋ ਇੱਦਾਂ ਦੀ ਗੱਲ ਤਾਂ ਜਿਹੜੀ ਕੋਈ ਵੀ ਜਿਹੜੀ ਨਹੀਂ, ਮੈਂ ਦੇਖੋ ਜੋ ਤੁਹਾਡੇ ਨਾਲ ਵਾਪਰਿਆ ਹੋਵੇਗਾ ਇਹ ਤਾਂ ਬਹੁਤ ਮਾੜੀ ਗੱਲ ਹੈ,
ਕਿ ਉਹ ਉਸ ਵੇਲਾ ਜਿਹੜਾ ਹੈਗਾ, ਇੱਕ ਤਾਂ ਪਹਿਲੀ ਗੱਲ ਮੇਰੀ ਇਹ ਵੀ ਹੈ ਕਿ ਜਿਹੜੀ ਆਪਣੇ ਪੰਜਾਬ ਪੁਲਿਸ 'ਤੇ ਆ ਨਾ, ਉਹਦਾ ਵੀ ਇੱਥੇ ਉਹਨਾਂ ਦੇ ਨਾਲ ਜਿਹੜਾ ਆ ਸਹਿਯੋਗ ਸਾਨੂੰ ਚਾਹੀਦਾ ਆ, ਤਾਂ ਜੋ ਕੋਈ ਗੱਲਬਾਤ ਹੋ ਜਾਵੇ ਤਾਂ ਉਹ ਯਕਦਮ ਜਿਹੜਾ ਹੁਣ ਤੱਕ ਅੱਜ ਦੀ ਤਰੀਕ ਤੱਕ ਦਸੰਬਰ ਦਾ ਇਹ ਮਹੀਨਾ ਹੈ, ਸਰਦੀਆਂ ਧੁੰਦਾਂ ਪੈਣ ਵਾਲੀਆਂ ਨੇ, ਨਵਾਂ ਸਾਲ ਵੀ ਹੈ, ਕ੍ਰਿਸਮਿਸ ਹੈ, ਬਹੁਤ ਸਾਰੇ ਮੌਕੇ ਆ ਕਿਉਂਕਿ ਲੋਕ ਇੱਥੇ ਸ਼ੋਪਿੰਗ ਕਰਨ ਆਉਂਦੇ ਨੇ, ਮੁੱਖ ਜ਼ਿਲ੍ਹਾ ਹੈ, ਸੁਰੱਖਿਆ ਦਾ ਵੱਡਾ ਮੁੱਦਾ ਹੈ, ਅਤੇ ਹੁਣ ਤੱਕ ਪੁਲਿਸ ਮੁਲਾਜ਼ਮ ਤੁਹਾਨੂੰ ਕੋਈ ਨਹੀਂ ਮਿਲੇ ਹੋਏ ਇੱਥੇ ਤਾਇਨਾਤ, ਕੋਈ ਨਹੀਂ ਪੁਲਿਸ ਮੁਲਾਜ਼ਮ ਜਿਹੜੀ ਜਾਂ PCR ਚੱਲਦੇ ਨੇ ਉਹ ਹੈਗੇ ਨੇ, ਬਾਕੀ ਉੱਦਾਂ ਨਹੀਂ ਕੋਈ ਵੀ ਤਾਂ ਜੇ ਮਤਲਬ ਹੈਗਾ ਕੋਈ ਗੱਲਬਾਤ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਨਾਲਾਇਕੀ ਕਿਹਾ ਜਾ ਸਕਦਾ ਕਿ ਐਡੇ ਜ਼ਿਲ੍ਹੇ ਦੇ ਵੱਡੇ ਮੁੱਖ ਬੱਸ ਅੱਡਾ ਹੋਵੇ ਉੱਥੇ ਸੁਰੱਖਿਆ ਕਰਮਚਾਰੀ ਪੱਕਾ ਕੋਈ ਵੀ ਤਾਇਨਾਤ ਨਹੀਂ ਪੰਜਾਬ ਪੁਲਿਸ ਦਾ? ਦੇਖੋ ਜੀ, ਮੈਂ ਇਸ ਬਾਰੇ ਤਾਂ ਗੱਲ ਨਹੀਂ ਕਰ ਸਕਦਾ ਕਿਉਂਕਿ ਇਹਦੇ ਬਾਰੇ ਤਾਂ ਪ੍ਰਸ਼ਾਸਨ ਹੀ ਜਾਣਦਾ, ਹੋ ਸਕਦਾ ਉਹਨਾਂ ਨੇ ਡਿਊਟੀ ਲਗਾਈ ਹੋਵੇ। ਤੁਹਾਨੂੰ ਨਿੱਜੀ ਤੌਰ 'ਤੇ ਨਹੀਂ ਲੱਗਦਾ ਵੀ ਇੱਥੇ ਸੁਰੱਖਿਆ ਕਰਮਚਾਰੀ ਹੋਣੇ ਹੀ ਚਾਹੀਦੇ ਆ? ਮੈਂ ਇਹ ਪੁੱਛ ਰਿਹਾ, ਤੁਹਾਨੂੰ ਇਹ ਨਹੀਂ ਲੱਗਦਾ? ਹਾਂ, ਬਿਲਕੁਲ ਬਿਲਕੁਲ ਹੋਣੇ ਚਾਹੀਦੇ। ਹੁਣ ਤੱਕ ਉਹ ਸੁਰੱਖਿਆ ਕਰਮਚਾਰੀ ਨਹੀਂ, ਯਾਨੀ ਲੋਕਾਂ ਦੀ ਸੁਰੱਖਿਆ ਪ੍ਰਸ਼ਾਸਨ ਦੇ ਲਈ ਕੋਈ ਮਾਇਨੇ ਨਹੀਂ ਰੱਖਦੀ? ਮੈਂ ਨਿੱਜੀ ਤੌਰ 'ਤੇ ਤੁਹਾਨੂੰ ਪੁੱਛ ਰਿਹਾ। ਨਹੀਂ ਦੇਖੋ ਜੀ, ਜਿਹੜੀ ਸੁਰੱਖਿਆ ਕਰਮਚਾਰੀ ਆ ਉਹ ਤਾਂ ਪਰਮਾਨੈਂਟਲੀ ਹੋਣੇ ਚਾਹੀਦੇ ਆ, ਕਿ ਜੋ ਜਿਹੜੇ ਮਤਲਬ ਆ ਸਾਰੀਆਂ ਗੇਟਾਂ ਦੇ ਉੱਤੇ ਜਿਹੜੇ ਆਪਣਾ ਖਿਆਲ ਰੱਖਣ, ਸਵਾਰੀਆਂ ਦਾ, ਆਉਣ ਜਾਣ ਵਾਲੇ ਬੰਦਿਆਂ 'ਤੇ ਨਿਗਾਹ ਰੱਖੀ ਜਾਵੇ। ਜਦੋਂ ਅਸੀਂ ਲਾਈਵ ਚਲਾਇਆ ਸੀ ਉਹਦੇ ਵਿੱਚ ਬਹੁਤ ਜਗ੍ਹਾ 'ਤੇ ਇੱਕ ਗੱਠੜੀ ਨੁਮਾ ਕਈ ਜਗ੍ਹਾ 'ਤੇ ਅਲੱਗ ਅਲੱਗ ਜਗ੍ਹਾ 'ਤੇ ਚੀਜ਼ਾਂ ਪਈਆਂ ਹੋਈਆਂ ਸੀ, ਉਹਦੇ ਵਿੱਚ ਕੀ ਹੈ, ਅਸੀਂ ਮੀਡੀਆ ਕਰਮੀ ਹੋਣ ਦੇ ਨਾਤੇ, ਜ਼ਿੰਮੇਵਾਰੀ ਦੇ ਨਾਤੇ ਅਸੀਂ ਉਹਨੂੰ ਨਹੀਂ ਛੇੜ ਸਕਦੇ, ਉਹਦੇ ਵਿੱਚ ਕੋਈ ਵੀ ਸ਼ੱਕੀ ਚੀਜ਼ ਹੋ ਸਕਦੀ ਹੈ, ਕੋਈ ਵੀ ਸੁਰੱਖਿਆ ਦੇ ਲਿਹਾਜ਼ ਨਾਲ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੀ ਚੀਜ਼ ਹੋ ਸਕਦੀ ਹੈ ਜਿਸ ਦੇ ਕਾਰਨ ਅਸੀਂ ਉਹਨੂੰ ਨਹੀਂ ਛੇੜ ਸਕਦੇ। ਉਹ ਗੱਠੜੀਆਂ ਦੇ ਵਿੱਚ ਕੀ ਹੁੰਦਾ ਹੈ, ਕਿਸ ਦੀਆਂ ਨੇ, ਉਹਦਾ ਕੋਈ ਵਿਹਲੀ ਵਾਰਸੀ ਨਹੀਂ, ਰਾਤ ਨੂੰ ਇੱਥੇ ਅਕਸਰ ਬਹੁਤ ਸਾਰੀਆਂ ਗੱਠੜੀਆਂ ਜਗ੍ਹਾ ਜਗ੍ਹਾ 'ਤੇ ਪਈਆਂ ਸੀ, ਉਹਦੇ ਵਿੱਚ ਕੀ ਹੈ, ਉਹ ਸੁਰੱਖਿਆ ਕਰਮਚਾਰੀਆਂ ਦਾ ਫਰਜ਼ ਨਹੀਂ ਕਿ ਉਹਦੇ ਮੁਤਲਕ ਪੁਲਿਸ ਨੂੰ ਜਾਣਕਾਰੀ ਦੇਣ, ਕਿ ਉਹਨਾਂ ਦਾ ਸਿਰਫ ਗਸ਼ਤ ਕਰਨ ਤੱਕ ਹੀ ਸੀਮਤ? ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਮੈਂ ਸੋਮਵਾਰ ਸਾਰਾ, ਕਿਉਂਕਿ ਮੈਨੂੰ ਇੱਕ ਮਹੀਨਾ ਹੋਇਆ ਸਿਰਫ ਇੱਥੇ ਆਇਆ, ਮੈਂ ਜੋ ਵੀ ਮਤਲਬ ਇਹ ਹੈਗਾ ਸਮਾਨ ਵਾਲੇ, ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਸਟੇਸ਼ਨ ਸੁਪਰਵਾਈਜ਼ਰ ਸੀ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ, ਪਰ ਉਹਨਾਂ ਵੱਲੋਂ ਵੀ ਕੋਈ ਤਸੱਲੀ ਬਖਸ਼ ਨਾ ਤਾਂ ਜਵਾਬ ਮਿਲਿਆ, ਨਾ ਹੀ ਕੋਈ ਕਾਰਵਾਈ ਕੀਤੀ। ਵੱਡਾ ਮੁੱਦਾ ਹੈ, ਜ਼ਿਲ੍ਹੇ ਦਾ ਕੋਈ ਛੋਟਾ ਕਸਬੇ ਦਾ ਛੋਟਾ ਬੱਸ ਅੱਡਾ ਨਹੀਂ ਹੈ। ਦੇਖੋ, ਮੈਂ ਤਾਂ ਦੇਖੋ ਆਪਣੇ ਜਿਹੜੇ ਬੌਸ ਨੇ, ਮੇਰੇ GM ਸਾਹਿਬ ਨੇ, TM ਸਾਹਿਬ ਨੇ, ਮੈਂ ਉਹਨਾਂ ਨੂੰ ਮਤਲਬ ਲਿਖਤੀ ਰੂਪ ਦੇ ਵਿੱਚ ਇਹ ਬੇਨਤੀ ਕਰਾਂਗਾ ਵੀ ਜਿਹੜੇ ਮਤਲਬ ਹੈਗੇ ਆ, ਪਹਿਲਾਂ ਤਾਂ ਜਿਹੜੀ ਤੁਸੀਂ ਨੇਮ ਪਲੇਟ ਦੀ ਗੱਲ ਕੀਤੀ ਹੈ, ਤੁਹਾਡੀ ਬਹੁਤ ਵਧੀਆ ਗੱਲ ਹੈ, ਬਹੁਤ ਸ਼ਲਾਘਾ ਜੋ ਤੁਸੀਂ ਮਤਲਬ ਇਹ ਕੰਮ ਕਰ ਰਹੇ ਹੋ, ਜੋ ਪਬਲਿਕ ਵਾਸਤੇ ਕਰ ਰਹੇ ਹੋ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਔਰ ਮੈਂ ਇਹ ਜ਼ਰੂਰ ਲਿਖ ਕੇ GM ਸਾਹਿਬ ਦੇ ਕੋਲੋਂ ਔਰ ਉਹਨਾਂ ਨੂੰ ਵਰਦੀਆਂ ਵੀ ਕਹਾਂਗਾ ਇਸ਼ੂ ਕਰੋ, ਔਰ ਇਹਨਾਂ ਦੀ ਨੇਮ ਪਲੇਟ ਜਿਹੜੀਆਂ ਹੈਗੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ, ਤਾਂ ਜੋ ਹਰ ਬੰਦਾ ਜਿਹੜਾ ਇਹ ਸਮਝ ਸਕੇ ਕਿ ਵੀ ਹਾਂ ਇਹ ਵਾਕਿਆ ਜਿਹੜਾ ਕਰਮਚਾਰੀ ਹੈ ਇਹ ਸੁਰੱਖਿਆ ਕਰਮਚਾਰੀ ਹੈ। ਮੈਂ ਔਰ ਜਿਹੜੇ ਕੈਮਰੇ ਲੱਗੇ ਹੋਏ ਨੇ ਉਹ ਕੈਮਰੇ ਚਾਲੂ ਹਾਲਤ ਵਿੱਚ ਨੇ? ਹਾਂਜੀ, ਕੈਮਰੇ ਚੱਲਦੇ ਆ, ਦੇਖ ਸਕਦੇ ਹੋ ਅਸੀਂ ਕੈਮਰੇ, ਹੈਗਾ ਬੰਦਾ ਹੁਣ ਉੱਥੇ? ਹਾਂ, ਕਦਲਾ ਛੁੱਟੀ 'ਤੇ ਜੀ, ਛੁੱਟੀ 'ਤੇ। ਅਤੇ ਅਗਰ ਜ਼ਰੂਰਤ ਪੈ ਜਾਏ ਕੋਈ, ਇਸ ਵੇਲੇ ਫਰਜ਼ ਕਰੀਏ ਮੰਨ ਕੇ ਚੱਲੀਏ ਕੋਈ ਘਟਨਾ ਵਾਪਰ ਜਾਂਦੀ ਸੀ, ਰਿਕਾਰਡਿੰਗ ਲੈਣੀ ਹੋਵੇ ਪੁਲਿਸ 'ਤੇ, ਰਿਕਾਰਡਿੰਗ ਲੈਣੀ ਹੋਵੇ, ਕਿਸ ਤਰ੍ਹਾਂ ਲੈ ਸਕਦਾ ਕੋਈ ਬੰਦਾ ਛੁੱਟੀ 'ਤੇ ਆ? ਇਹਦੇ ਬਾਰੇ ਮੈਂ ਤੁਹਾਨੂੰ ਨਾ ਹੁਣੇ ਪਤਾ ਕਰਕੇ ਅਤੇ ਉਹ ਦੱਸ ਦਿੰਦਾ ਉਹਨੂੰ ਬੰਦੇ, ਜੇ ਹੋਇਆ ਤਾਂ ਤੁਹਾਨੂੰ ਦਿਖਾ ਵੀ ਦਿੰਦੇ ਮੈਂ ਹੁਣੇ ਤੁਹਾਡੇ। ਕੈਮਰੇ ਬਿਲਕੁਲ ਚਾਲੂ ਹਾਲਤ ਵਿੱਚ ਨੇ, ਕਿਉਂਕਿ ਜਦੋਂ ਪਿਛਲੀ ਵਾਰੀ ਅਸੀਂ ਆਏ ਸੀ ਉਦੋਂ ਕੈਮਰੇ ਚਾਲੂ ਹਾਲਤ ਵਿੱਚ ਨਹੀਂ ਸੀ, ਸਟੇਸ਼ਨ ਸੁਪਰਡੈਂਟ ਜੀ ਨੇ ਮੰਨਿਆ ਸੀ ਕਿ ਠੇਕੇ 'ਤੇ ਸੀ ਪਹਿਲਾਂ ਸਾਰਾ ਕੰਮ, ਠੇਕਾ ਉਦੋਂ ਤਾਜ਼ਾ ਖਤਮ ਹੋਇਆ ਸੀ, ਉਹਨਾਂ ਨੇ ਕਿਹਾ ਸੀ ਕਿ ਹੁਣ ਸਾਡੇ ਅਧੀਨ ਸਾਰਾ ਕੰਮ ਹੈ, ਕੈਮਰੇ ਜਲਦੀ ਚਾਲੂ ਹੋ ਜਾਣਗੇ। ਹੁਣ ਚਾਲੂ ਨੇ ਜਾਂ ਨਹੀਂ ਚਾਲੂ ਨੇ ਠੇਕੇ ਤੋਂ ਬਾਅਦ? ਤਾਂ ਦੇਖੋ ਜੀ, ਜਿਹੜੀ ਗੱਲ ਹੈਗੀ ਆ ਕਿ ਮੈਨੂੰ ਤਾਂ ਹੁਣ ਮਹੀਨਾ ਹੋਇਆ ਇਹਨੂੰ ਸਿਰਫ ਇੱਕ ਵਾਰੀ, ਅਤੇ ਬਾਕੀ ਇਹ ਹੈ ਕਿ ਕੈਮਰਾ ਦੀ ਜਿਹੜੀ ਹੈਗੀ ਉਹ ਮੈਂ ਸਾਰੀ ਤੁਹਾਨੂੰ ਸਿਚੁਏਸ਼ਨ ਜਿੱਦਾਂ ਮਤਲਬ ਉਹਨੂੰ ਸੱਦ ਕੇ ਉਸ ਕਰਮਚਾਰੀ ਨੂੰ ਜੋ ਕੁਛ ਵੀ ਹੈ ਮੈਂ ਤੁਹਾਨੂੰ ਸਾਰਾ ਜਿਹੜਾ। ਅਵਾਰਾ ਜਾਨਵਰ ਵੀ ਬੱਸ ਅੱਡੇ, ਕੁੱਤੇ ਬਹੁਤ ਸਾਰੇ ਸੁੱਤੇ ਨੇ, ਘੁੰਮ ਰਹੇ ਨੇ, ਕੋਈ ਕਿਸੇ ਦਾ ਪੈਰ ਰੱਖਣ ਨਾਲ ਕੋਈ ਕੱਟ ਲਏ ਵੱਢ ਲਏ, ਕੀ ਕਹੋ? ਦੇਖੋ ਜੀ, ਜਿਹੜੇ ਹੁਣ ਜਾਨਵਰ ਅਵਾਰਾ ਇਹਦੇ ਬਾਰੇ ਦੇਖੋ, ਸਾਡੀ ਸਰਕਾਰ ਹੈ, ਟੈਕਸ ਵੀ ਕੱਟਦੀ ਆ, ਸਭ ਕੁਛ ਕਰਦੀ ਆ, ਤੁਸੀਂ ਜਾ ਕੇ ਸੜਕਾਂ 'ਤੇ ਦੇਖ ਸਕਦੇ ਹੋ, ਕਿਤੇ ਵੀ ਦੇਖ ਸਕਦੇ ਹੋ, ਇਹਨਾਂ ਨੂੰ ਜਿਹੜਾ ਰੁਕਣਾ ਹੈਗਾ ਆ ਇਹ ਤਾਂ ਮਤਲਬ ਬੱਸ ਸਟੈਂਡ ਦੇ ਵਿੱਚ ਤਾਂ ਬਹੁਤ ਕਿਤੇ ਕੋਈ ਜਾਨਵਰ ਵੱਡਾ ਕੋਈ ਨਹੀਂ ਆਉਂਦਾ, ਕਿਤੇ ਕੁੱਤਾ ਤਾਂ ਚਲੋ ਕੋਈ ਲੰਘ ਸਕਦਾ ਆ ਸਕਦਾ ਜਾ ਸਕਦਾ, ਲੇਕਿਨ ਜੋ ਜਾਨਵਰਾਂ ਦੀ ਤੁਸੀਂ ਦੇਖੋ ਕਿਤੇ ਜਾ ਕੇ ਸੜਕਾਂ 'ਤੇ ਜੋ ਪੋਜੀਸ਼ਨ ਹੈਗੀ ਆ, ਐਕਸੀਡੈਂਟ ਜਿੰਨੇ ਵਾਪਰ ਰਹੇ ਆ, ਕਿੰਨੀਆਂ ਜਾਨਾਂ ਜਾ ਰਹੀਆਂ, ਕਿੰਨਾ ਕੁਛ ਹੋ ਰਿਹਾ,
ਉੱਧਰ ਕੋਈ ਧਿਆਨ ਜਿਹੜਾ ਬੱਸ ਅੱਡੇ ਦੀ ਹੱਦ ਦੇ ਅੰਦਰ ਜਿਹੜਾ ਖੁੱਲ੍ਹੇ ਵਿੱਚ ਸਮਾਨ ਖਾਣ ਪੀਣ ਦਾ ਵੇਚਿਆ ਜਾ ਰਿਹਾ ਜੋ ਕਿ ਫੂਡ ਸੇਫਟੀ ਐਕਟ ਦੀਆਂ ਫੂਡ ਸੇਫਟੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਬੱਸ ਅੱਡੇ ਦੀ। ਅਸੀਂ ਹੱਦ ਦੇ ਅੰਦਰ ਗੱਲ ਕਰ ਰਹੇ, ਹੱਦ ਤੋਂ ਬਾਹਰ ਵੀ ਬਹੁਤ ਕੁਛ ਹੋ ਰਿਹਾ, ਪਰ ਇਸ ਵਕਤ ਅਸੀਂ ਬੱਸ ਅੱਡੇ ਦੀ ਹੱਦ ਦੇ ਅੰਦਰ ਬੈਠੇ। ਬੱਸ ਅੱਡੇ ਦੇ ਵਿੱਚ ਆ ਨਾ ਇਹ, ਇਹ ਤੋਂ ਸਾਰਾ ਜਿਹੜਾ ਹੈਗਾ ਇਹ ਦੁਕਾਨਾਂ ਜਿਹੜੀਆਂ ਹੈਗੀਆਂ ਨਾ ਇਹ ਅਥੋਰਿਟੀ ਹੈਗੀਆਂ ਨੇ, ਇਹਨਾਂ ਦਾ ਬਕਾਇਦਾ ਆਪਣਾ ਲਿਆ ਜਾਂਦਾ ਟੈਕਸ। ਪਰੰਤੂ ਫੂਡ ਸੇਫਟੀ ਨਿਯਮਾਂ ਦੇ ਅਧੀਨ ਖੁੱਲ੍ਹਾ ਖਾਣਾ ਰੱਖ ਕੇ ਨਹੀਂ ਵੇਚਿਆ ਜਾ ਸਕਦਾ, ਬ੍ਰੈਡ ਪਕੌੜੇ ਤਲੇ ਵੀ ਜਾ ਰਹੇ ਆ, ਹੋਰ ਬਹੁਤ ਸਾਰਾ ਸਮਾਨ ਜਿਹੜਾ ਖੁੱਲ੍ਹੇ ਵਿੱਚ ਹੀ ਪਿਆ ਹੋਇਆ ਸਾਰੇ ਬੱਸ ਅੱਡੇ ਦੇ ਅੰਦਰ। ਨਹੀਂ ਦੇਖੋ ਜੀ, ਜਿਹੜਾ ਇਹ ਤਾਂ ਅੱਜ ਤੋਂ ਨਹੀਂ, ਇਹ ਤੋਂ ਪਹਿਲਾਂ ਤੋਂ ਚੱਲਿਆ ਆ ਰਿਹਾ, ਜੋ ਵੀ ਆ ਜਿੱਥੇ ਵੀ ਤੁਸੀਂ ਕਿਸੇ ਵੀ ਬੱਸ ਰਿਵਾਇਤ ਕਿਹਾ ਜਾ ਸਕਦਾ ਇਹਨੂੰ, ਰੀਤ ਇੱਕ ਨਿਯਮਾਂ ਤੋਂ ਵੱਖਰੀ ਇੱਕ ਰਵਾਇਤ ਕਿਹਾ ਜਾ ਸਕਦਾ ਤੁਹਾਡੇ ਕਹਿਣ ਮੁਤਾਬਕ ਕਿ ਪਹਿਲਾਂ ਤੋਂ ਚੱਲਿਆ ਆਉਂਦਾ ਅਤੇ ਅੱਗੇ ਵੀ ਇਸ ਤਰ੍ਹਾਂ ਚੱਲੇਗਾ। ਤੁਸੀਂ ਮੇਰੀ ਗੱਲ ਨੂੰ ਨਹੀਂ ਫੋਲੋ ਨਹੀਂ ਕਰ ਰਹੇ ਜੋ ਮੈਂ ਕਹਿ ਰਿਹਾ। ਮੈਂ ਕਿਹਾ ਵੀ ਇਹ ਪਹਿਲਾਂ ਤੋਂ ਜਿਵੇਂ ਚੱਲਿਆ ਆ ਰਿਹਾ ਨਾ, ਇਹ ਜੇ ਤੁਸੀਂ ਮਤਲਬ ਇਹ ਕਹਿੰਦੇ ਵੀ ਆਪਾਂ ਬੰਦ ਕਰਾ ਦਿੰਦੇ ਹਾਂ ਜੀ, ਕੋਈ ਬਾਤ ਨਹੀਂ, ਅਸੀਂ ਕੌਣ ਹੁੰਦੇ, ਅਸੀਂ ਬੰਦ ਕਰਾਉਣ ਵਾਲੇ ਕੋਈ ਨਹੀਂ ਹੁੰਦੇ, ਪਰ ਨਿਯਮਾਂ ਦੀ ਪਾਲਣਾ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਇਹਦਾ ਜਿਹੜਾ ਪ੍ਰਸ਼ਾਸਨ ਹੈ, ਕਿਉਂਕਿ ਇੱਥੇ ਬਾਹਰ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਨੇ, ਸਭ ਕੁਝ ਹੋ ਰਿਹਾ ਹੈ, ਟੈਂਡਰ ਭਰੇ ਜਾ ਰਹੇ ਨੇ, ਕਮਾਈ ਵੀ ਆ ਰਹੀ ਹੈ, ਉਸਦੇ ਬਾਵਜੂਦ ਇਹ ਸਾਰੇ ਵਰਤਾਰੇ ਜਿਹੜੇ ਵਾਪਰ ਰਹੇ ਨੇ। ਤੁਸੀਂ ਦੇਖੋ ਜੀ, ਜਿਹੜੀ ਗੱਲ ਹੈਗੀ ਆਪਾਂ ਕਰਦੇ ਹਾਂ ਬੱਸ ਸਟੈਂਡ ਦੀ ਸਫਾਈ ਦੀ ਗੱਲ ਕਰ ਰਹੇ ਹਾਂ ਜਾਂ ਕੋਈ ਵੀ ਗੱਲ ਕਰ ਰਹੇ ਹਾਂ, ਆਪਾਂ ਇੱਥੇ ਜਿਹੜੇ ਸਾਡੇ 7 ਕਰਮਚਾਰੀ ਆ ਜਿਹੜੇ ਉਹ ਸਵੇਰ ਤੋਂ ਸ਼ਾਮ 4 ਵਾਰ ਇੱਥੇ ਜਿਹੜਾ ਹੈਗਾ ਉਹ ਪੋਚਾ ਲਾ ਕੇ ਇਹਨੂੰ ਬਾਥਰੂਮਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੈ, ਬਹੁਤ ਭੈੜੀ ਬਦਬੂ, ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਅੰਦਰ ਜਾ ਨਹੀਂ ਪਾਏ। ਦੂਜੀ ਗੱਲ ਇਹ ਹੈ ਕਿ ਦੇਖੋ ਜਿਸ ਵੇਲੇ ਹੁਣ ਤੁਹਾਨੂੰ ਮੈਂ ਹੁਣ ਦਿਖਾ ਦਿੰਦਾ ਇੱਥੋਂ ਸਾਫ਼ ਕਰਨਗੇ, ਸਾਡੇ ਲੋਕ ਜਿਹੜੇ ਆ ਬਿਲਕੁਲ ਜਾਗਰੂਕ ਹੈ ਹੀ ਨਹੀਂ ਹੈ ਉਹ ਜੋ ਪਰ ਬਾਥਰੂਮ ਸਰ ਲੋਕ ਥੋੜ੍ਹੀ ਨਾ ਸਾਫ਼ ਕਰਨਗੇ। ਨਹੀਂ ਨਹੀਂ ਬਾਥਰੂਮ ਦੀ ਮੈਂ ਗੱਲ ਨਹੀਂ ਕਰ ਰਿਹਾ, ਬਾਥਰੂਮ ਤਕਰੀਬਨ ਸਾਰੇ ਜਿੰਨੇ ਹੈਗੇ ਆ ਮੈਂ ਰੋਜ਼ ਚੈੱਕ ਕਰਦਾ ਹਾਂ। ਸਾਡੇ ਨਾਲ ਕੈਮਰੇ ਦੇ ਨਾਲ ਤੁਸੀਂ ਜਾ ਕੇ ਦੇਖ ਸਕਦੇ ਹੋ, ਕਿਰਪਾ ਕਰਕੇ ਕੈਮਰੇ ਦੇ ਨਾਲ ਸਾਡੇ ਨਾਲ ਸਾਡੀ ਟੀਮ ਨਾਲ ਜਾ ਕੇ ਦੇਖ ਸਕਦੇ ਹੋ। ਬਿਲਕੁਲ ਜਾਵਾਂਗਾ, ਦੇਖੋ ਜਿਹੜੀ ਆਪਣੇ ਲੇਡੀਜ਼ ਦਾ ਆਪਣੇ ਹੈਗਾ ਉੱਧਰ ਤਾਂ ਅਸੀਂ ਐਂਟਰ ਕਰ ਨਹੀਂ ਸਕਦੇ, ਬਾਕੀ ਸਾਰਾ ਤਕਰੀਬਨ ਜਿੰਨਾ ਵੀ ਹੈਗਾ ਆ ਇਹ ਰੋਜ਼ਾਨਾ ਮਜਲਾ। ਜਿਹੜੀਆਂ ਔਰਤਾਂ ਬਾਥਰੂਮ ਯੂਜ਼ ਕਰਦੀਆਂ ਨੇ ਰਾਤ ਨੂੰ ਉਹਨਾਂ ਕੋਲ ਪਰਚੀ ਵੀ ਲਈ ਜਾਂਦੀ ਹੈ, ਕਿਵੇਂ ਉਹਨਾਂ ਕੋਲ 5 ਰੁਪਏ 8 ਰੁਪਏ 10 ਰੁਪਏ ਤੱਕ ਗ੍ਰਾਹੀ ਵੀ ਕੀਤੀ ਜਾਂਦੀ ਹੈ। ਇਹ ਜਿਹੜਾ ਹੈ ਜੀ ਇਹ ਹੈਗੇ ਆ ਨਾ ਲੈਟਰਿਨ ਬਾਥਰੂਮ, ਇਹ ਸਾਡੇ ਜਿਹੜੇ ਹੈਗੇ ਆ ਇਹ ਹੈਗੇ ਆ ਇਹਨਾਂ ਦੇ ਕੋਲ ਦੂਜੇ ਤੇ ਆਪਣੇ ਲਈ ਤੇ ਸਫਾਈ ਲਈ। ਸਰ ਸਫਾਈ ਲਈ ਕੌਣ ਜਵਾਬਦੇਹ ਹੈ? ਇਹੀ ਜਵਾਬਦੇਹ ਨੇ ਹੈਗੇ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਰਵਾਉਂਦੇ ਵੀ ਹਾਂ। ਅਗਰ ਇਹ ਸਫਾਈ ਕਈ ਵਾਰੀ ਆਪ ਵੀ ਕਰਵਾਉਣ ਜਾ ਕੇ ਕਹਿ ਕੇ ਵੀ ਹਾਂ ਵੀ ਕਰੋ ਆ ਸਾਫ਼ ਕਰੋ ਕਈ ਥਾਂ ਆ, ਹੁਣ ਇੱਥੇ ਇੱਧਰਲੇ ਪਾਸੇ ਹੀ ਹੈ ਇੱਕ ਉਹ ਆਪਣੇ ਟੁੱਟਿਆ ਪਿਆ ਹੈਗਾ ਉਹਦੇ ਉੱਤੇ ਹੁਣ ਉਹਦੇ ਉੱਤੇ ਕੱਪੜਾ ਲਾ ਕੇ ਰੱਖਿਆ ਹੈਗਾ ਵੀ ਉਹਨੂੰ ਹੁਣ ਮੁੜ ਕੇ ਦੁਬਾਰਾ ਹੁਣ ਚੇਂਜ ਕਰਨਗੇ। ਬੱਸ ਅੱਡੇ ਦੀ ਹੱਦ ਦੇ ਅੰਦਰ ਜਿਹੜਾ ਖਾਣ ਪੀਣ ਦਾ ਸਮਾਨ ਵੇਚਿਆ ਜਾਂਦਾ ਹੈ ਹੁਸ਼ਿਆਰਪੁਰ ਦੇ ਬੱਸ ਅੱਡੇ ਦੇ ਅੰਦਰ, ਉਹ ਕਿਹਨਾਂ ਹਾਲਾਤਾਂ ਵਿੱਚ ਪਿਆ? ਮੈਂ ਕੈਮਰਾ ਪਰਸਨ ਨੂੰ ਕਹੂੰਗਾ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਨ। ਕੁਝ ਜਿਹੜੇ ਲਿਫਾਫੇ ਨੇ ਸ਼ਾਇਦ ਚੂਹਿਆਂ ਨੇ ਫਾੜੇ ਨੇ ਜਾਂ ਖੁਦ ਫਟੇ ਨੇ, ਇਹ ਕਹਿਣਾ ਮੁਸ਼ਕਲ ਹੈ। ਬਹੁਤ ਹੀ ਬੁਰੀ ਹਾਲਾਤ ਦੇ ਵਿੱਚ ਖਾਣ ਪੀਣ ਦਾ ਸਮਾਨ ਜਿਹੜਾ ਇੱਥੇ ਬੱਸ ਅੱਡੇ ਦੀ ਹੱਦ ਦੇ ਅੰਦਰ ਵੇਚਿਆ ਜਾ ਰਿਹਾ, ਇਹ ਦੇਖ ਸਕਦੇ ਹੋ। ਇਹ ਦੇਖ ਸਕਦੇ ਹੋ ਇਹ ਗੱਠੜੀਆਂ ਜਿਹੜੀਆਂ ਅਜਿਹੀਆਂ, ਇਹ ਗੱਠੜੀਆਂ ਰੋਜ਼ਾਨਾ ਭਰ ਕੇ ਇੱਥੇ ਰੱਖੀਆਂ ਜਾਂਦੀਆਂ ਨੇ। ਇਸ ਗੱਲ ਦੀ ਗਰੰਟੀ, ਇਸ ਗੱਲ ਦੀ ਤਸੱਲੀ ਦੇਣ ਵਾਲਾ ਕੋਈ ਨਹੀਂ ਕਿ ਇਹਨਾਂ ਗੱਠੜੀਆਂ 'ਚ ਕੀ ਹੈ, ਇਹਨਾਂ ਦੇ ਵਿੱਚ ਇਹਦਾ ਵੇਲੀ ਵਾਰਸ ਕੌਣ ਹੈ, ਜ਼ਿੰਮੇਵਾਰ ਕੌਣ ਆ। ਬੱਸ ਅੱਡਾ ਹੁਸ਼ਿਆਰਪੁਰ ਰੱਬ ਆਸਰੇ, ਅੱਗੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਗੈਰ ਢੱਕਣ ਤੋਂ। ਇੱਕ ਸੀਵਰ ਦਾ ਜਿਹੜਾ ਢੱਕਣ ਵੀ ਖੁੱਲ੍ਹਾ ਪਿਆ ਹੈ,
ਦੇਖ ਸਕਦੇ ਹੋ। ਔਰ ਕੈਮਰਾ ਪਰਸਨ ਨੂੰ ਮੈਂ ਕਹੂੰਗਾ ਬੱਸ ਅੱਡੇ ਦੀ ਜਿਹੜੀ ਦੀਵਾਰ ਦੇ ਨਾਲ ਅੰਦਰ ਵੀ ਥੋੜ੍ਹਾ ਕੈਮਰਾ ਅਗਰ ਮੁਮਕਿਨ ਹੋ ਸਕੇ ਅੰਦਰਲੇ ਪਾਸੇ ਜਿਹੜਾ ਇੱਧਰੋਂ ਸਾਡਾ ਕੂੜਾ ਚੱਕ ਕੇ ਜਿਹੜਾ ਉਹ ਇੱਧਰ ਸੁੱਟ ਦਿੱਤਾ ਜਾਂਦਾ ਹੈ। ਦੇਖ ਸਕਦੇ ਹੋ ਸਾਰਾ ਜਿਹੜਾ ਕਚਰਾ ਇੱਧਰ ਬੱਸ ਅੱਡੇ ਦੀ ਹੱਦ ਦੇ ਅੰਦਰ ਬਿਲਕੁਲ ਨਾਲ ਲੱਗੀ ਦੀਵਾਰ ਸਾਰਾ ਇੱਧਰ ਢੇਰ ਲਗਾ ਦਿੱਤਾ ਜਾਂਦਾ ਜਿੱਥੇ ਤੰਦਰੁਸਤ ਪੰਜਾਬ ਅਤੇ ਸਵੱਛ ਭਾਰਤ ਮੁਹਿੰਮ ਦਾ ਕੋਈ ਵੀ ਅਸਰ ਦਿਖਾਈ ਨਹੀਂ ਦਿੰਦਾ। ਬਗੈਰ ਨੰਬਰ ਦਾ ਇੱਕ ਮੋਟਰਸਾਈਕਲ ਜਿੱਤੇ ਸਿਰਫ ਸਾਬੀ ਲਿਖਿਆ ਹੋਇਆ ਹੈ ਰੋਇਲ ਇਨਫੀਲਡ, ਇਹਦਾ ਕੋਈ ਵੇਲੀ ਵਾਰਸ ਨਹੀਂ। ਔਰ ਇੱਧਰ ਵੀ ਇੱਕ ਮੋਟਰਸਾਈਡ ਫੋਰ ਦਾ ਸਟਿੱਕਰ ਲੱਗਾ ਹੈ, ਏ ਐੱਫ ਦਾ ਸਟਿੱਕਰ ਲੱਗਾ ਹੈ, ਇਹਦਾ ਵੀ ਕੋਈ ਵੇਲੀ ਵਾਰਸ ਦਿਖਾਈ ਨਹੀਂ ਦਿੰਦਾ। ਕਰਮਚਾਰੀ ਮੌਜੂਦ ਹੈ ਗੇਟ ਦੇ ਉੱਤੇ, ਮੈਂ ਹੁਣੇ ਬੁਲਾ ਰਿਹਾ ਉਹਨਾਂ ਨੂੰ, ਮੈਨੂੰ ਹੁਣੇ ਮਿਲੇ ਆ ਉੱਥੇ ਉਹ ਦੋਨੇ ਰਾਊਂਡ ਮਾਰਨ ਗੇਟ ਤੇ। ਸਰ ਇਸ ਵੇਲੇ ਕੌਣ ਹੈ ਇੱਥੇ, ਕੌਣ ਕੋਈ ਚੈਕਿੰਗ ਵਾਲਾ ਮਾਰਦੇ ਆ ਨਾ ਵਿੱਚ ਨਾਲ, ਉਹ ਰਾਊਂਡ ਵੀ ਮਾਰਨਾ ਪੈਂਦਾ ਜੀ ਸਾਰੇ ਆਲੇ ਦੁਆਲੇ ਵਿੱਚ ਘੁੰਮਦੇ ਆ ਉਹ ਮੈਂ ਤੁਹਾਨੂੰ ਉੱਥੇ ਮਿਲਾ। ਇਸ ਵਕਤ ਕਿੰਨੇ ਸੁਰੱਖਿਆ ਕਰਮਚਾਰੀ ਮੌਜੂਦ? ਉਹ ਇਸ ਵੇਲੇ ਇੱਥੇ ਆ ਸਰ, ਇਹ ਕਿੱਧਰ ਗੇਟ ਤੇ ਤੇ? ਠੀਕ ਹੈ ਜੀ, ਇੱਥੇ ਕੋਈ ਮੌਜੂਦ ਹੈ ਤੁਹਾਡੇ ਕਹਿਣ ਮੁਤਾਬਕ? ਇਸ ਵੇਲੇ ਹੁਣੇ ਮੈਂ ਕਿਹਾ ਸੀਗਾ, ਹੁਣੇ ਹੁਣੇ ਗਏ ਆ ਉੱਧਰ, ਮੈਂ ਹੁਣੇ ਬੁਲਾ ਦਿੰਦਾ ਤੁਹਾਨੂੰ, ਮੈਂ ਤਾਂ ਲਿਆ ਨੂੰ ਖਾਲਸੇ ਨੂੰ ਲਿਆ ਤਾਂ ਦੂਜੇ। ਸੁਰੱਖਿਆ ਕਰਮਚਾਰੀ ਮੌਕੇ ਤੇ ਤਾਇਨਾਤ ਹੈ ਸਰ, ਕਿੰਨੀਆਂ ਐਂਟਰੀਆਂ ਦੇ ਉੱਤੇ ਇਸ ਵੇਲੇ ਸੁਰੱਖਿਆ ਕਰਮਚਾਰੀ ਮੌਜੂਦ ਹੈ? ਇਸ ਵੇਲੇ ਜੀ 4 ਜਣੇ ਹੈਗੇ ਆਪਣੇ। ਨਹੀਂ ਸਾਰੀਆਂ ਐਂਟਰੀਆਂ ਤੇ ਖੜੇ ਆ ਇਸ ਵੇਲੇ? ਹਾਂ ਐਂਟਰੀ ਤਕਰੀਬਨ ਖੜੇ, ਉਹ ਮੌਕੇ ਤੇ ਖੜਾ ਬੰਦਾ, ਉਹ ਦੇਖੋ ਪਿਛਲੇ ਗੇਟ ਤੇ ਖੜਾ ਜੀ, ਦਿਖਾ ਸਕਦੇ ਹੋ? ਨਹੀਂ ਉੱਧਰ ਮੇਰਾ ਕਾਊਂਟਰ ਤੇ ਡਿਊਟੀ ਹੈ ਮੇਰੀ, ਜਲੰਧਰ ਵਾਲੇ ਦੇ, ਜਲੰਧਰ ਵਾਲੇ ਤਨਾਵ। ਉਸ ਤੋਂ ਪਿਛਲੇ ਗੇਟ ਤੇ ਵੀ ਸੁਰੱਖਿਆ ਕਰਮਚਾਰੀ? ਉੱਧਰ ਜੀ ਚੰਡੀਗੜ੍ਹ ਕਾਊਂਟਰ ਹੈ ਜੀ ਉੱਧਰ ਵਾਲਾ, ਤੇ ਉੱਧਰ ਗੱਡੀਆਂ ਇੰਨ ਹੁੰਦੀਆਂ ਸਿਰਫ ਸਰ। ਤੁਸੀਂ ਸੁਰੱਖਿਆ ਕਰਮਚਾਰੀ ਹੋ? ਹਾਂਜੀ ਹਾਂਜੀ, ਇਹ ਆਪਣੀ